ਫਰੀਦ ਅੰਗਲ মিডিਆ ਚੈਨਲ ਤੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਸਮੇਂ ਸਿਰ ਸਹੀ ਅਤੇ অথੈਨਟਿਕ ਜਾਣਕਾਰੀ ਮਿਲਦੀ ਰਹੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਡੀਸੀ ਰੇਟਾਂ ਦੇ ਆਧਾਰਤ ਵੱਖ-ਵੱਖ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਉਮੀਦਵਾਰ ਨੂੰ ਆਊਟਰ ਰਿਸੋਰਸਡ ਬੇਸ ਪਦਰਤੇ ਹੀ ਰੱਖਿਆ ਜਾਵੇਗਾ ਇਸ ਵਿੱਚ ਪੋਸਟਾਂ ਦੀ ਗਿਣਤੀ ਇਸ ਪ੍ਰਕਾਰ ਹੈ ਵਾਰਡ اٹੈਂਡੈਂਟ 39 ਪੋਸਟਾਂ ਲਾਇਬ੍ਰੇਰੀ اٹੈਂਡੈਂਟ 10 ਹਾਲ اٹੈਂਡੈਂਟ 2 ਵਾਟਰਮੈਨ 2 ਫੀਮੇਲ ਆਇਆ 2 ਕਲਾਸਰੂਮ ਬੈਰਰ 1 ਵਰਕਸ਼ਾਪ اٹੈਂਡੈਂਟ 10 ਕੁੱਕ ਹੈਲਪਰ 2 ਗਾਰਡਨ ਹੈਲਪਰ 1 ਐਟਲੀਸ਼ੀਅਨ ਹੈਲਪਰ 6 ਕੁੱਕ 5 ਇਹਨਾਂ ਸਾਰੀਆਂ ਪੋਸਟਾਂ ਦੇ ਲਈ ਉਮੀਦਵਾਰ ਨੇ 8ਵੀਂ ਕਲਾਸ ਪਾਸ ਕੀਤੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਰੇਡੀਓਗ੍ਰਾਫਰ 8 ਲੈਬ ਟੈਕਨੀਸ਼ੀਅਨ 34 OT ਅਤੇ OT ਅਸਿਸਟੈਂਟ 16 ਫਾਰਮਰਸ ਲੈਸਟਰ 10 ਸਟਾਫ ਨਰਸ 45 ਗੈਸ ਪਲੈਂਟ ਟੈਕਨੀਸ਼ੀਅਨ 2 ECG ਟੈਕਨੀਸ਼ੀਅਨ 4 ਲੈਬ اٹੈਂਡੈਂਟ 23 ਆਡੀਓ ਵਿਜ਼ੂਅਲ اٹੈਂਡੈਂਟ 2 ANM 4 ਪੋਸਟਾਂ ਡਿਜੀਟਲ ਟੈਕਨੀਸ਼ੀਅਨ 2 CSD ਟੈਕਨੀਸ਼ੀਅਨ 9 ਪੋਸਟਾਂ ਇਨ ਇਹਨਾਂ ਪੋਸਟਾਂ ਦੇ ਲਈ ਉਮੀਦਵਾਰ ਨਹੀਂ 12ਵੀਂ ਕਲਾਸ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਪੋਸਟਾਂ ਨਾਲ ਸੰਬੰਧਿਤ ਕੋਈ ਵੀ ਡਿਗਰੀ ਜਾਂ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਇਲੈਕਟ੍ਰੀਸ਼ੀਅਨ 7, ਪਲੰਬਰ 3, ਪੰਪ ਆਪਰੇਟਰ 3, ਡਿਜੀਟਲ ਇੰਜਨ ਮੇਕਿੰਗ 1, ਕਾਰਪੇਂਟਰ 3, ਏਸੀ ਆਪਰੇਟਰ 4, ਵੈਲਡਰ 1, ਲਾਂਡਰੀ ਆਪਰੇਟਰ 2, ਲੈਫਟਮੈਨ 5, ਟੇਲਰ 1, ਪੋਸਟਾਂ ਇਹਨਾਂ ਸਾਰੀਆਂ ਪੋਸਟਾਂ ਦੇ ਲਈ ਉਮੀਦਵਾਰ ਕੋਲੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸੀ ਤਰ੍ਹਾਂ ਡਾਟਾ ਐਂਟਰੀ ਆਪਰੇਟਰ 67 ਪੋਸਟਾਂ ਰਿਸੈਪਸ਼ਨਲ ਕਮ ਕਲਰਕ 2 ਪੋਸਟਾਂ ਉਮੀਦਵਾਰ ਨੇ ਬੀਏ ਕੀਤੀ ਹੋਣੀ ਚਾਹੀਦੀ ਹੈ ਅਤੇ ਪੋਸਟ ਨਾਲ ਸੰਬੰਧਿਤ ਡਿਗਰੀ ਜਾਂ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ ਸਿਵਰਮੈਨ 7 ਪੋਸਟਾਂ ਉਮੀਦਵਾਰ ਪੜ੍ਹ ਲੈ ਸਕੇ ਅਪਲਾਈ ਕਰ ਸਕਦਾ ਹੈ ਉਮੀਦਵਾਰ ਪਰਫਾਰਮਾ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਸਾਫ ਸਾਫ ਭਰ ਕੇ ਮੈਡੀਕਲ ਸੁਪਰਡੈਂਟ ਜੀਜੀਐਸ ਐਮਸੀਐਚ ਸਾਧਿਕ ਰੋਡ ਫਰੀਦਕੋਟ ਕੋਲ ਮਿਤੀ 11 11 22 ਤੱਕ ਭੇਜ ਸਕਦੇ ਹਨ ਫੀਸ ਡਿਮਾਂਡ ਡਰਾਫਟ ਰਾਈ ਹੀ ਸਵੀਕਾਰ ਕੀਤੀ ਜਾਵੇਗੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਦੇ ਰਹਿਣਾ ਤਾਂ ਜੋ ਇਹਨਾਂ ਪੋਸਟਾਂ ਦਾ ਵੱਧ ਤੋਂ ਵੱਧ ਲੋਕ ਲਾਭ ਉਠਾ ਸਕਣ ਸਭ ਦਾ ਬਹੁਤ ਬਹੁਤ ਧੰਨਵਾਦ